ਲੋ ਜੀ ਮੇਰੇ ਵੀਰਾਂ ਵਾਸਤੇ ਲੈ ਕੇ ਆ ਗਿਆ ਜੀ ਵਰਨਾ ਸੋ ਵਰਨਾ 19 ਮਾਡਲ ਆ ਗਈ ਡੀਜ਼ਲ ਵਰਜ਼ਨ ਦੇ ਵਿੱਚ ਔਰ ਐਸ ਐਕਸ ਪਲੱਸ ਆਲਾ ਵੇਰੀਐਂਟ ਹੈ ਜੀ ਔਰ ਲੁੱਕ ਚੈੱਕ ਕਰੋ ਗੱਡੀ ਦੀ ਬਹੁਤ ਹੀ ਪਿਆਰੀ ਲੁੱਕ ਔਰ ਬਿਲਕੁਲ ਸਾਫਕਾਰ ਆ ਔਰ ਨਾਲ ਐਕਸਟਰਾ ਲੈਟਰ ਲੱਗੇ ਹੋਏ ਜੀ ਪਲਾਟੀ ਦੇ ਹੋਂਡਾ ਸਿਟੀ ਦੀ ਵੀ ਮੇਰੇ ਵੀਰ ਭਰਾ ਡਿਮਾਂਡ ਕਰਦੇ ਸੀ 18 ਮਾਡਲ ਆਪਣੇ ਕੋ ਖੜਾ ਜੀ ਪੀਬੀ 08 ਲੱਗਾ ਨੰਬਰ ਜਲੰਧਰ ਦਾ ਜੀ ਔਰ ਬਹੁਤ ਹੀ ਸੋਹਣੀ ਕਾਰ ਦੀ ਕੰਡੀਸ਼ਨ ਆ ਔਰ ਸਨ ਰੂਫ ਵਾਲਾ ਵੇਰੀਐਂਟ ਚੈੱਕ ਸੋ ਅੱਗੇ ਆਪਣੇ ਕੋ ਆ ਗਈ ਹੈ ਜੀ ਕ੍ਰੇਟਾ ਸੋ ਇਹ ਆ 23 ਮਾਡਲ ਆ ਗਿਆ ਜੀ ਪੈਟਰੋਲ ਵਰਜ਼ਨ ਦੇ ਵਿੱਚ ਔਰ ਨਾਲ ਐਕਸਟਰਾ ਲਾਈਟਾਂ ਲੱਗੇ ਹੋਏ ਬਹੁਤ ਹੀ ਸੋਹਣੇ ਲੁਾਈ ਲੱਗੇ ਹੋਏ ਆ ਔਰ S+ ਵਾਲਾ ਵੇਰੀਐਂਟ ਆ ਜੀ ਪੈਟਰੋਲ ਵਰਜ਼ਨ ਦੇ ਵਿੱਚ ਰੇਟਾ ਕਹਿੰਦੇ ਸੀ ਵੀ ਬਲੈਕ ਕਲਰ ਦੇ ਵਿੱਚ ਲੈ ਕੇ ਆਓ ਆਪਣੇ ਕੋ ਬਲੈਕ ਕਲਰ ਵੀ ਖੜੀ ਹੈ ਜੀ ਡੀਜ਼ਲ ਵਰਜ਼ਨ ਦੇ ਵਿੱਚ 22 ਮਾਡਲ ਹੈ ਔਰ ਸਿਰਫ 20000 ਕਿਲੋਮੀਟਰ ਕੰਪਨੀ ਰਿਕੋਰਡ ਨਾਲ ਚੱਲੀ ਹੋਈ ਕਾਰ 23 ਮਾਡਲ ਆ ਗਿਆ ਔਰ ਚੈੱਕ ਕਰੋ ਨਾਲ ਐਕਸਟਰਾ ਲਾਈਟਾਂ ਲੱਗੇ ਹੋਏ ਬਹੁਤ ਹੀ ਸੋਹਣੇ ਘੈਂਟ ਲਾਈਟਾਂ ਲੱਗੇ ਆ ਔਰ 23 ਮਾਡਲ ਆ ਪ ਮੇਰੇ ਵੀਰ ਭਰਾ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕੰਡੀਸ਼ਨ ਹੈ ਕਾਰ ਦੀ ਔਰ ਲੋ ਜੀ ਵੈਨਿਊ ਜਾਂ ਜੇ ਤੁਹਾਨੂੰ ਦਿਖਾਉਣੇ ਆ ਵੈਨਿਊ ਆ ਗਈ ਹੈ ਜੀ ਆਪਣੇ ਕੋ 24 ਮਾਡਲ ਸੋ ਇਹ ਟਾਪ ਮਾਡਲ ਆ ਗਿਆ ਜੀ ਐਸਐਕਸ ਮਾਡਲ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਹੈ ਜੀ ਔਰ ਇਹ ਡੀਜ਼ਲ ਵਰਜ਼ਨ ਦੇ ਵਿੱਚ ਕਾਰ ਹੈ ਸੋ ਅੱਗੇ ਵੈਨਿਊ ਆ ਗਈ ਹੈ ਜੀ 22 ਮਾਡਲ ਸੋ ਇਹ ਵੀ ਪੈਟਰੋਲ ਵਰਜ਼ਨ ਦੇ ਵਿੱਚ ਆ ਗਿਆ ਟਾਪ ਮਾਡਲ ਔਰ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਹੈ ਔਰ ਫਰਸਟ ਅੰਦਰ ਦੀ ਕਾਰ ਹੈ ਔਰ ਦੇਖ ਸਕਦੇ ਹੋ ਸਨਰੂਫ ਵਾਲਾ ਵੇਰੀਐਂਟ ਹੈ ਔਟੋਮੈਟਿਕ ਦੇ ਵਿੱਚ ਵੈਨਿਊ ਲੈ ਕੇ ਆ ਗਏ ਔਰ ਕਲਰ ਦੇਖੋ ਕਿੰਨਾ ਪਿਆਰਾ ਪੀਵੀ 10 ਲੱਗਾ ਨੰਬਰ ਔਰ ਟਾਪ ਮਾਡਲ ਆ ਜੀ ਬਹੁਤ ਸੋਹਣੀ ਕੰਡੀਸ਼ਨ ਔਰ 19 ਮਾਡਲ ਆ ਜੀ ਇਹ ਕਹਿੰਦੇ ਸੀ ਵੀ i20 ਆਟੋ ਚ ਲੈ ਕੇ ਆਓ ਪੁਰਾਣੀ ਸ਼ੇਪ ਲਓ ਜੀ ਆਟੋਮੈਟਿਕ ਦੇ ਵਿੱਚ ਪੁਰਾਣੀ ਸ਼ੇਪ ਦੇ ਵਿੱਚ i20 ਆ ਗਈ ਹੈ ਜੀ ਸੋ ਮਾਡਲ ਆ ਗਿਆ 19 ਸਪੋਰਟਸ ਵੇਰੀਐਂਟ ਆ ਆਟੋਮੈਟਿਕ ਦੇ ਵਿੱਚ ਆਸਤਾ ਆਪਸ਼ਨਲ ਵੀ ਆ ਗਈ ਹੈ ਜੀ ਆਪਣੇ ਕੋਲ 03 ਲੱਗਾ ਨੰਬਰ ਕਾਰ ਨੂੰ ਔਰ ਕਲਰ ਬਹੁਤ ਪਿਆਰਾ ਨਾਲ ਅਲਾਈਟਰ ਲੱਗੇ ਏਜੰਸੀ ਵੱਲੋਂ ਜੀ 20 ਮਾਡ ਆਹ 스타 অপਸ਼ਨਲ ਵਾਲਾ ਵੇਰੀਐਂਟ 23 ਮਾਡਲ 23 ਮਾਡਲ ਨਵੀਂ ਸ਼ੇਪ ਸਪੋਰਟਸ ਵੇਰੀਐਂਟ ਹੈ ਜੀ ਔਰ PV 34 ਲੱਗਾ ਜੀ ਕਾਨੂੰਨ ਨੰਬਰ ਔਰ ਬਹੁਤ ਸੋਹਣੀ ਲੁੱਕ ਹੈ ਜੀ ਉਹ ਸਿਰਫ 17000 ਕਿਲੋਮੀਟਰ ਚੱਲੀ ਹੋਈ ਹੈ ਪੈਟਰੋਲ ਵਰਜ਼ਨ ਦੇ ਵਿੱਚ ਕਾਰ i20 ਸਪੋਰਟਸ 23 ਮਾਡਲ ਔਰ ਚੈੱਕ ਕਰੋ ਕਾਰ ਦੀ ਲੁੱਕ ਨਾਲ ਐਕਸਟਰਾ ਲਾਈਟਾਂ ਲੱਗੇ ਹੋਏ ਹੈ ਜੀ ਬਹੁਤ ਸੋਹਣੇ ਪਲਾਟੀ ਦੇ ਐਕਸਟਰਾ ਲਾਈਟਾਂ ਲੱਗੇ ਔਰ 37000 ਕਿਲੋਮੀਟਰ ਚੱਲੀ ਤੇ ਸਸਸੀ ਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਸੋ ਮੈਂ ਤੁਹਾਡਾ ਆਪਣਾ ਅਮਰਪਾਲ ਸੂਚ ਭੰਡਾਰੀ ਕਾਰਬਿਆਰ ਤੋਂ ਜੀ ਸੋ ਲੈ ਕੇ ਆ ਗਿਆ ਫਿਰ ਤੋਂ ਇੱਕ ਨਵੀਂ ਵੀਡੀਓ ਇੱਕ ਨਵਾਂ ਕਾਰਾਂ ਦਾ ਸਟਾਕ ਸੋ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਨਵੀਆਂ-ਨਵੀਆਂ ਕਾਰਾਂ ਦਿਖਾਵਾਂਗੇ ਜਿਹੜੀਆਂ ਆਪਣੇ ਕੋਲ ਨਵੀਆਂ ਆਈਆਂ ਜੀ ਔਰ ਪੂਰਾ ਦੇਖਿਓ ਵੀਡੀਓ ਨੂੰ ਜਿਹੜੇ ਮੇਰੇ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਤੇ ਡੇਲੀ ਸ਼ਾਮ ਨੂੰ ਇੱਕ ਵੀਡੀਓ ਅਪਡੇਟ ਹੁੰਦੀ ਆ ਜਿਹੜੇ ਵੀ ਆਪਣੇ ਕੋਲ ਨਵਾਂ ਸਟਾਕ ਆਉਂਦਾ ਕਾਰਾਂ ਦਾ ਚੈਨਲ ਤੇ ਸਭ ਤੋਂ ਪਹਿਲਾਂ ਇਸ ਚੈਨਲ ਤੇ ਅਪਡੇਟ ਹੁੰਦੀ ਹੈ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਇਕ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਜੀ ਲਓ ਜੀ ਮੇਰੇ ਵੀਰਾਂ ਵਾਸਤੇ ਲੈ ਕੇ ਆ ਗਏ ਜੀ ਵਰਨਾ ਸਵਰਨਾ 19 ਮਾਡਲ ਆ ਗਈ ਡੀਜ਼ਲ ਵਰਜ਼ਨ ਦੇ ਵਿੱਚ ਔਰ SX+ ਆਲਾ ਵੇਰੀਐਂਟ ਹੈ ਜੀ ਔਰ ਲੁੱਕ ਚੈੱਕ ਕਰੋ ਗੱਡੀ ਦੀ ਬਹੁਤ ਹੀ ਪਿਆਰੀ ਲੁੱਕ ਔਰ ਬਿਲਕੁਲ ਸਾਫਕਾਰ ਆ ਔਰ ਨਾਲ ਐਕਸਟਰਾ ਲੈਟਰ ਲੱਗੇ ਹੋਏ ਜੀ ਪਲਾਟੀ ਦੇ ਚੈੱਕ ਕਰੋ ਲਾਇਆਂ ਦੀ ਲੁੱਕ ਬਹੁਤ ਸੋਹਣੀ ਲੁੱਕਿਆ ਜੀ ਔਰ ਮਾਡਲ 19 ਹੈ ਆਟੋਮੈਟਿਕ ਦੇ ਵਿੱਚ ਕਾਰ ਆ ਡੀਜ਼ਲ ਵਰਜ਼ਨ ਦੇ ਵਿੱਚ ਔਰ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਕਾਰ ਦੀ ਅੰਦਰੋਂ ਲੁੱਕ ਔਰ ਸਿਰਫ 36800 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ ਜੀ ਔਰ ਪੋਸ਼ ਬਟਨ ਸਟਾਰਟ ਵਾਲਾ ਵੇਰੀਐਂਟ ਆ ਜੀ ਸੀਟ ਕਵਰ ਵਗੈਰਾ ਲੱਗੇ ਹੋਏ ਆ ਜੀ ਵਿੱਚ ਦੇਖ ਸਕਦੇ ਹੋ ਆਟੋਮੈਟਿਕ ਵਰਜ਼ਨ ਦੇ ਵਿੱਚ ਕਾਰ ਆ ਜੀ ਔਰ ਸਨ ਰੂਫ ਵਾਲਾ ਵੇਰੀਐਂਟ ਆ ਜੀ ਔਰ ਸਾਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਪਈ ਆ ਜੀ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆ ਔਰ ਕ੍ਰੋਮ ਵਗੈਰਾ ਲੱਗੀ ਹੋਈ ਆ ਜੀ ਚੈੱਕ ਕਰ ਸਕਦੇ ਹੋ ਬਾਕੀ ਕਾਰ ਦੀ ਲੁੱਕ ਬਹੁਤ ਸੋਹਣੀ ਆ ਔ ਔਰ ਨੰਬਰ PV10GP3803 ਲੱਗਾ ਜੀ ਕਾਨੂੰਨ ਨੰਬਰ ਔਰ SX ਵੇਰੀਐਂਟ ਆ ਜੀ। ਬਾਕੀ ਜੇ ਗੱਡੀ ਦੀ ਰੇਟ ਦੀ ਗੱਲ ਕਰੀਏ ਜੀ ਰੇਟ ਮੇਰੇ ਵੀਰ ਭਰਾ ਦੇ ਸਕਦੇ ਹਾਂ। 19 ਮਾਡਲ ਐ SX+ ਡੀਜ਼ਲ ਦੇ ਵਿੱਚ ਔਰ 36800 ਚੱਲੀ 1130000 ਕਾਰ ਦਾ ਪ੍ਰਾਈਸ ਆ ਜੀ। ਕਾਰ ਮੇਰੇ ਵੀਰਾਂ ਨੂੰ ਓਨਲੀ ਦੇ ਦਵਾਂਗੇ ਜੀ 1120000 ਰੁਪਏ ਦੇ ਵਿੱਚ। ਮੇਰੇ ਵੀਰ ਭਰਾਵਾਂ ਨੂੰ ਕਾਰ ਦੇ ਦਵਾਂਗੇ ਜੀ ਔਰ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਆ ਫਰਸਟ ਓਨਰ ਦੀ ਕਾਰ ਆ ਜੀ। ਸੋ ਅੱਗੇ ਫਿਰ ਆ ਗਈ ਆ ਜੀ ਆਟੋਮੈਟਿਕ ਵਰਨਾ ਬਲੈਕ ਕਲਰ ਦੀ। ਔਰ ਇਹ ਵੀ ਡੀਜ਼ਲ ਵਰਜ਼ਨ ਦੇ ਵਿੱਚ 21 ਮਾਡਲ ਆ ਗਿਆ ਇਹਨੂੰ ਵੀ ਨਾਲ ਐਕਸਟਰਾ ਲਾਈਟਾਂ ਲੱਗੇ ਹੋਏ ਆ ਸੋ ਇਹ ਮੈਂ ਤੁਹਾਨੂੰ ਪਹਿਲਾਂ ਵੀ ਪਿਛਲੇ ਵਲੌਗ ਵਿੱਚ ਵੀ ਦਿਖਾਈ ਸੀਗੀ ਜੀ ਆਪਣੇ ਕੋ ਖੜੀ ਹੈ ਇਸ ਟਾਈਮ ਔਰ 21 ਮਾਡਲ ਹੈ ਜੀ ਔਰ ਬਹੁਤ ਸੋਹਣੀ ਗੱਡੀ ਦੀ ਕੰਡੀਸ਼ਨ ਆਟੋਮੈਟਿਕ ਦੇ ਵਿੱਚ ਐਸਐਕਸ ਮਾਡਲ ਡੀਜ਼ਲ ਵਰਜ਼ਨ ਦੇ ਵਿੱਚ ਔਰ ਦੇਖ ਸਕਦੇ ਹੋ ਸੀਟ ਕਵਰ ਵਗੈਰਾ ਲੱਗੇ ਹੋਏ ਔਰ 56000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਹੈ ਜੀ ਔਰ ਸਾਰੀ ਕਾਰ ਅੰਦਰੋਂ ਸਾਫ਼ ਨੀਟ ਐਂਡ ਕਲੀਨ ਕਾਰ ਔਰ ਦੇਖ ਸਕਦੇ ਹੋ ਆਟੋ ਦੇ ਵਿੱਚ ਕਾਰ ਹੈ ਔਰ ਇਹ ਵੀ ਸਨਰੂਫ ਵਾਲਾ ਵੇਰੀਐਂਟ ਹੈ ਜੀ ਔਰ ਸਾਰੀ ਕਾਰ ਬਿਲਕੁਲ ਅੰਦਰੋਂ ਨੀਟ ਐਂਡ ਕਲੀਨ ਕਾਰ ਪਈ ਹੈ ਜੀ ਸਾਫ ਕੰਡੀਸ਼ਨ ਦੀ ਕਾਰ ਹੈ ਔਰ ਫਸਟ ਓਨਰ ਦੀ ਕਾਰ ਹੈ ਜੀ ਬਾਕੀ ਨੰਬਰ ਦੇਖ ਸਕਦੇ ਹੋ ਜੀ ਪੀਵੀ 23 ਜੈਡ 0064 ਲੱਗਾ ਜੀ ਕਾਨੂੰਨ ਨੰਬਰ ਔਰ ਨਾਲ ਐਕਸਟਰਾ ਲਾਈਟਾਂ ਲੱਗੇ ਹੋਏ ਆ ਜੀ ਔਰ ਜੇ ਰੇਟ ਦੀ ਗੱਲ ਕਰੀਏ ਰੇਟ ਮੇਰੇ ਵੀਰ ਭਰਾ ਦੇ ਸਕਦੇ 12 ਲੱਖ 70 ਹਜ਼ਾਰ ਕਾਰ ਤਾਂ ਹੀ ਪ੍ਰਾਈਸ ਲਿਸਟ ਆ ਜੀ ਮੇਰੇ ਵੀਰਾਂ ਨੂੰ ਕਾਰ ਦੇ ਦਵਾਂਗੇ 12.5 ਲੱਖ ਰੁਪਏ ਚ ਓਨਲੀ 12.5 ਲੱਖ ਰੁਪਏ ਚ ਵਰਨਾ ਕਾਰ ਮੇਰੇ ਵੀਰਾਂ ਨੂੰ ਦੇ ਦਵਾਂਗੇ ਜੀ ਸੋ ਅੱਗੇ ਚੱਲਦੇ ਅਗਲੀ ਗੱਡੀ ਵੱਲ ਜੀ ਸੋ ਅੱਗੇ ਆਪਣੇ ਕੋ ਆ ਗਈ ਹੈ ਜੀ ਕਿੰਗਰ ਸੋ ਰੋਨਾਲਡ ਦੀ ਆ ਗਈ ਹੈ ਜੀ ਕਾਰ ਔਰ ਬਹੁਤ ਹੀ ਸੋਹਣੀ ਕਾਰ ਆ ਮਾਡਲ ਆ ਗਿਆ ਜੀ 22 22 ਮਾਡਲ ਔਰ ਸਿਰਫ 27000 ਕਿਲੋਮੀਟਰ ਕੰਪਨੀ ਰਕਾਉਣ ਦਾ ਚੱਲੀ ਹੋਈ ਕਾਰ ਔਰ ਦੇਖ ਸਕਦੇ ਹੋ ਸਾਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਪਈ ਹੈ ਜੀ ਔਰ ਮੈਨੂਅਲ ਦੇ ਵਿੱਚ ਕਾਰ ਹੈ ਸਕਰੀਨ ਵਗੈਰਾ ਵਿੱਚ ਲੱਗੀ ਹੋਈ ਔਰ ਪੂਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਆ ਜੀ ਸਾਫ਼ ਕਾਰ ਆ ਔਰ ਬਹੁਤ ਹੀ ਸੋਹਣੀ ਗੱਡੀ ਦੀ ਲੁੱਕ ਹੈ ਇੰਟੀਰੀਅਰ ਵੀ ਬਹੁਤ ਸੋਹਣਾ ਹੈ ਜੀ ਔਰ ਦੇਖ ਸਕਦੇ ਹੋ ਨੰਬਰ ਲੱਗਾ ਜੀ ਪੀਵੀ 21ਜੀ 5497 ਲੱਗਾ ਜੀ ਕਾਨੂੰਨ ਨੰਬਰ ਔਰ ਪਹਿਲੇ ਨਾਂ ਦੇ ਕਾਰਿਆ ਬਾਕੀ ਜੇ ਕਾਰ ਦੀ ਰੇਟ ਦੀ ਗੱਲ ਕਰੀਏ ਰੇਟ ਮੇਰੇ ਵੀਰ ਭਰਾ ਇੱਕ ਵਾਰੀ ਚੈੱਕ ਕਰ ਸਕਦੇ ਹੋ ਜੀ 22 ਮਾਡਲ 27000 ਚੱਲੀ 5 ਲੱਖ 50000 ਕਾਰ ਦੀ ਪ੍ਰਾਈਸ ਲਿਸਟ ਆ ਮੇਰੇ ਵੀਰਾਂ ਨੂੰ ਕਾਰ ਦੇ ਦਵਾਂਗੇ ਜੀ 5 ਲੱਖ ਔਰ 35000 ਦੇ ਵਿੱਚ 5 ਲੱਖ 35000 ਰੁਪਏ ਦੇ ਵਿੱਚ ਕਾਰ ਦੇ ਦਵਾਂਗੇ ਜੀ ਔਰ ਫਰਸਟ ਆਨ ਦੀ ਕਾਰ ਆ ਸਾਰੀ ਕਾਰ origignal ਬੰਪਰ ਟੂ ਬੰਪਰ ਸਾਰੀ ਸਾਫ ਆ ਜੀ ਸੋ ਅੱਗੇ ਆ ਗਈ ਆ ਜੀ Honda City Honda City ਦੀ ਵੀ ਮੇਰੇ ਵੀਰ ਭਰਾ ਡਿਮਾਂਡ ਕਰਦੇ ਸੀ 18 ਮਾਡਲ ਆਪਣੇ ਕੋ ਖੜਾ ਜੀ PB08 ਲੱਗਾ ਨੰਬਰ ਜਲੰਧਰ ਦਾ ਜੀ ਔਰ ਬਹੁਤ ਹੀ ਸੋਹਣੀ ਕਾਰ ਦੀ ਕੰਡੀਸ਼ਨ ਹੈ ਔਰ ਸਨ ਰੂਫ ਵਾਲਾ ਵੇਰੀਐਂਟ ਚੈੱਕ ਕਰ ਸਕਦੇ ਹੋ ਸਿਰਫ 38000 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਕਾਰ ਔਰ ਅੰਦਰੋਂ ਇੰਟੀਰੀਅਰ ਵਾਈਸ ਦੇਖ ਸਕਦੇ ਹੋ ਸੀਟ ਕਵਰ ਲੱਗੇ 7D ਮੈਟ ਵਗੈਰਾ ਲੱਗੇ ਹੋਏ ਔਰ ਮੈਨੂਅਲ ਦੇ ਵਿੱਚ ਕਾਰ ਹੈ ਜੀ ਔਰ ਪੂਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਪਈ ਹੈ ਜੀ ਸਾਫ ਕੰਡੀਸ਼ਨ ਦੀ ਕਾਰ ਆ ਬਿਲਕੁਲ ਜੀ ਮੇਰੇ ਵੀਰ ਭਰਾ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਕੰਡੀਸ਼ਨ ਆ ਕਾਰ ਦੀ ਨੰਬਰ ਪੂਰਾ ਨੋਟ ਕਰ ਲਓ ਮੇਰੇ ਵੀਰਾਂ ਪੀਬੀ08ਈਡੀ 3242 ਲੱਗਾ ਜੀ ਕਾਨੂੰਨ ਨੰਬਰ ਔਰ ਜੇ ਕਾਰ ਦੀ ਆਪਾਂ ਪ੍ਰਾਈਸ ਦੀ ਗੱਲ ਕਰੀਏ ਜੀ ਪ੍ਰਾਈਸ ਮੇਰੇ ਵੀਰ ਭਰਾ ਇੱਕ ਵਾਰੀ ਦੇਖ ਲਓ ਜੀ 18 ਮਾਡਲ 38000 ਚੱਲੀ 8 ਲੱਖ 20000 ਰਕਾਰ ਦਾ ਪ੍ਰਾਈਸ ਹੈ ਜੀ ਮੇਰੇ ਵੀਰਾਂ ਨੂੰ ਜਿਹੜਾ ਵੀਡੀਓ ਦੇਖ ਕੇ ਆਜੂਗਾ ਜੀ 8 ਲੱਖ ਰੁਪਏ ਦੀ ਕਾਰ ਦੇ ਦਵਾਂਗੇ Honda City ਔਰ ਸਨਰੂ ਹਾਲਾ ਵੇਰੀਐਂਟ ਸੋ ਅੱਗੇ ਚੱਲਦੇ ਹਾਂ ਜੀ ਅਗਲੀ ਕਾਰ ਵੱਲ ਸੋ ਅੱਗੇ ਆਪਣੇ ਕੋ ਆ ਗਈ ਹੈ ਜੀ ਕ੍ਰੇਟਾ ਸੋ ਇਹ ਆ 23 ਮਾਡਲ ਆ ਗਿਆ ਜੀ ਪੈਟਰੋਲ ਵਰਜ਼ਨ ਦੇ ਵਿੱਚ ਔਰ ਨਾਲ ਐਕਸਟਰਾ ਲਾਈਟਾਂ ਲੱਗੇ ਹੋਏ ਬਹੁਤ ਹੀ ਸੋਹਣੇ ਲੁਾਈ ਲੱਗੇ ਹੋਏ ਆ ਔਰ S+ ਵਾਲਾ ਵੇਰੀਐਂਟ ਆ ਜੀ ਪੈਟਰੋਲ ਵਰਜ਼ਨ ਦੇ ਵਿੱਚ 23 ਮਾਡਲ ਔਰ ਬਹੁਤ ਹੀ ਸੋਹਣੀ ਕਾਰ ਦੀ ਅੰਦਰੋਂ ਲੁੱਕ ਆ ਮੇਰੇ ਵੀਰ ਭਰਾ ਚੈੱਕ ਕਰੋ ਸੀਟ ਕਵਰ ਬੜੇ ਪਿਆਰੇ ਲੱਗੇ ਹੋਏ ਆ ਜੀ ਔਰ ਪੋਸ਼ ਬਟਨ ਸਟਾਰਟ ਵਾਲਾ ਵੇਰੀਐਂਟ ਆ ਔਰ ਚੱਲੀ ਹੋਈ ਦੇ ਸਕਦੇ ਹਾਂ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਆ ਜੀ 11900 ਕਿਲੋਮੀਟਰ ਔਰ ਮੈਨੂਅਲ ਦੇ ਵਿੱਚ ਕਾਰ ਆ ਜੀ ਔਰ ਇੰਟੀਰੀਅਰ ਵੀ ਬਹੁਤ ਸੋਹਣਾ ਕਾਰ ਦਾ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆ ਔਰ ਸਨ ਰੂਫ ਵਾਲਾ ਵੇਰੀਐਂਟ ਆ ਫੁੱਲ ਸਨ ਰੂਫ ਵਾਲਾ ਗੱਡੀ ਦੇ ਵਿੱਚ ਆ ਜੀ ਔਰ ਬੰਪਰ ਟੂ ਬੰਪਰ ਸਾਰੀ ਕਾਰ ਓਰੀਜਨਲ ਲੁੱਕ ਵਾਈਸ ਬਹੁਤ ਸੋਹਣੀ ਕਾਰ ਆ ਜੀ ਔਰ ਨੰਬਰ ਲੱਗਾ ਪਟਿਆਲੇ ਦਾ ਪੀ ਵੀ 11 ਡਬਲ ਡੀ 9996 ਔਰ ਨੰਬਰ ਵੀ ਗੱਡੀ ਨੂੰ ਪੇਡ ਲੱਗਾ ਹੋਇਆ ਜੀ ਔਰ ਜੇ ਕਾਰ ਦੀ ਪ੍ਰਾਈਸ ਦੀ ਆਪਾਂ ਗੱਲ ਕਰੀਏ ਜੀ ਪ੍ਰਾਈਸ ਮੇਰੇ ਵੀਰ ਭਰਾ ਦੇ ਸਕਦੇ ਹਾਂ 23 ਮਾਡਲ 11 ਜਾਂ 940 14 ਲੱਖ 65 ਹਜ਼ਾਰ ਕਾਰ ਦਾ ਪ੍ਰਾਈਸ ਆ ਜੀ ਕਾਰ ਮੇ 14.5 ਲੱਖ ਰੁਪਏ ਤੇ ਫਰਸਟ ਓਨਰ ਦੀ ਕਾਰ ਕ੍ਰੇਟਾ ਦੇ ਦਵਾਂਗੇ ਮੇਰੇ ਵੀਰਾਂ ਨੂੰ ਜੀ ਸੋ ਅੱਗੇ ਜਿਹੜੇ ਕ੍ਰੇਟਾ ਕਹਿੰਦੇ ਸੀ ਵੀ ਬਲੈਕ ਕਲਰ ਦੇ ਵਿੱਚ ਲੈ ਕੇ ਆਓ ਆਪਣੇ ਕੋਲ ਬਲੈਕ ਕਲਰ ਵੀ ਖੜੀ ਹੈ ਜੀ ਡੀਜ਼ਲ ਵਰਜ਼ਨ ਦੇ ਵਿੱਚ 22 ਮਾਡਲ ਹੈ ਔਰ ਸਿਰਫ 20000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਔਰ ਟਾਪ ਮਾਡਲ ਹੈ ਜੀ ਐਸਐਕਸ ਵੇਰੀਐਂਟ ਹੈ ਡੀਜ਼ਲ ਦੇ ਵਿੱਚ ਔਰ ਦੇਖ ਸਕਦੇ ਹੋ ਸੀਟ ਕਵਰ ਵਗੈਰਾ ਲੱਗੇ ਹੋਏ ਔਰ ਸਾਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਹੈ ਜੀ ਮੈਨੂਅਲ ਦੇ ਵਿੱਚ ਕਾਰ ਹੈ ਬਾਕੀ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਮੀਟਰ ਰੀਡਿੰਗ ਚੈੱਕ ਕਰੋ ਜੀ 20900 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਔਰ ਫੁੱਲ ਸੰਰੂਖਾ ਗੱਡੀ ਚ ਟਾਪ ਮਾਡਲ ਹੈ ਜੀ ਔਰ ਸਾਰੀ ਕਾਰ ਬਿਲਕੁਲ ਨੀਟ ਐਂਡ ਕਲੀਨ ਕਾਰ ਬੰਪਰ ਟੂ ਬੰਪਰ ਸਾਰੀ origignal ਹੈ ਜੀ ਔਰ ਫਸਟ ਓਨਰ ਦੀ ਕਾਰ ਹੈ ਨੰਬਰ ਵੀ ਪੇਡ ਲੱਗਾ ਜੀ PV65 VC990 ਲੱਗਾ ਜੀ ਕਾਰ ਨੂੰ ਨੰਬਰ ਸੋ ਜੇ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਇੱਕ ਵਾਰੀ ਮੇਰੇ ਵੀਰ ਭਰਾ ਦੇਖ ਸਕਦੇ ਹੋ 16 ਲੱਖ 50 ਹਜ਼ਾਰ ਕਾਰ ਦੀ ਪ੍ਰਾਈਸ ਲਿਸਟ ਹੈ ਜੀ ਕਾਰ ਮੇਰੇ ਵੀਰਾਂ ਨੂੰ ਓਨਲੀ ਦੇ ਦਵਾਂਗੇ ਜੀ 16 ਲੱਖ 30 ਹਜ਼ਾਰ ਰੁਪਏ ਦੇ ਵਿੱਚ ਫਸਟ ਓਨਰ ਦੀ ਬਲੈਕ ਕ ਸੋ ਅੱਗੇ ਚੱਲਦੇ ਹਾਂ ਜੀ ਅਗਲੀ ਕ੍ਰੇਟਾ ਵੱਲ ਮੇਰੇ ਵੀਰਾਂ ਨੂੰ ਲੈ ਕੇ ਜੀ ਕ੍ਰੇਟਾ ਦੀ ਡਿਮਾਂਡ ਬਹੁਤ ਦੀ ਸੀਗੀ ਸੋ ਅੱਗੇ ਆ ਗਿਆ ਜੀ 23 ਮਾਡਲ 23 ਮਾਡਲ ਆ ਗਿਆ ਔਰ ਚੈੱਕ ਕਰੋ ਨਾਲ ਐਕਸਟਰਾ ਲਾਈਟਾਂ ਲੱਗੇ ਹੋਏ ਬਹੁਤ ਹੀ ਸੋਹਣੀ ਘੈਂਟ ਲਾਈਟਾਂ ਲੱਗੇ ਆ ਔਰ 23 ਮਾਡਲ ਆ ਪੈਟਰੋਲ ਵਰਜ਼ਨ ਦੇ ਵਿੱਚ ਮੇਰੇ ਵੀਰ ਭਰਾ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕੰਡੀਸ਼ਨ ਹੈ ਕਾਰ ਦੀ ਔਰ ਬਾਕੀ ਅੰਦਰੋਂ ਚੈੱਕ ਕਰੋ ਕਾਰ ਦੀ ਲੁੱਕ ਜੀ ਔਰ ਸਿਰਫ 18400 ਕਿਲੋਮੀਟਰ ਚੱਲੀ ਹੋਈ ਹੈ ਜੀ ਔਰ ਸਾਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਹੈ ਜ ਔਰ ਮੈਨੂਅਲ ਦੇ ਵਿੱਚ ਕਾਰ ਔਰ ਟਾਪ ਮਾਡਲ ਹੈ ਜੀ ਸਨਰੂਫ ਵਾਲਾ ਫੁੱਲ ਸਨਰੂਫ ਔਰ ਦੇਖ ਸਕਦੇ ਹੋ ਮੀਟਰ ਰੀਡਿੰਗ 18000 ਚੱਲੀ ਹੋਈ ਹੈ ਜੀ ਔਰ ਸਾਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਆ ਰਹੀ ਸਾਫ ਬੰਪਰ ਟੂ ਬੰਪਰ origignal ਕਾਰ ਹੈ ਜੀ ਔਰ ਬਾਕੀ ਨੰਬਰ ਦੇਖ ਸਕਦੇ ਹੋ ਪੀਵੀ 46 ਏ ਜੇ 7888 ਲੱਗਾ ਜੀ ਕਾਰ ਨੂੰ ਨੰਬਰ ਕਰੇਟਾ ਨੂੰ ਜੀ ਔਰ ਪਹਿਲੇ ਨਾਂ ਦੀ ਕਾਰ ਹੈ ਜੀ ਬਾਕੀ ਪ੍ਰਾਈਸ ਦੇਖ ਸਕਦੇ ਹੋ ਮੇਰੇ ਵੀਰ ਭਰਾ ਜੀ 15 ਲੱਖ 50 ਹਜ਼ਾਰ ਕਾਰ ਦਾ ਪ੍ਰਾਈਸ ਹੈ ਜੀ ਮੇਰੇ ਵੀਰਾਂ ਨੂੰ ਕਾਰ ਦੇ ਦਵਾਂਗੇ ਜੀ 15 ਲੱਖ 30 ਹਜ਼ਾਰ ਰੁਪਏ ਦੇ ਵਿੱਚ ਓਨਲੀ 15,30,000 ਰੁਪਏ ਦੇ ਵਿੱਚ ਕਰੇਟਾ ਦੇ ਦਵਾਂਗੇ ਫਰਸਟ ਓਨਰ ਦੀ ਕਾਰ ਜੀ ਸੋ ਅੱਗੇ ਜਿਹੜੇ ਮੇਰੇ ਵੀਰ ਭਰਾ ਵੈਨਿਊ ਦੀ ਡਿਮਾਂਡ ਕਰਦੇ ਸੀ ਵੀ ਵੈਨਿਊ ਨਹੀਂ ਦਿਖਾਉਂਦੇ ਤੁਸੀਂ ਲਓ ਜੀ ਵੈਨਿਊ ਆ ਜੇ ਤੁਹਾਨੂੰ ਦਿਖਾਉਨੇ ਆ ਵੈਨਿਊ ਆ ਗਈ ਹੈ ਜੀ ਆਪਣੇ ਕੋਲ 24 ਮਾਡਲ ਸੋ ਇਹ ਟਾਪ ਮਾਡਲ ਆ ਗਿਆ ਜੀ ਐਸਐਕਸ ਮਾਡਲ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਹੈ ਜੀ ਔਰ ਇਹ ਡੀਜ਼ਲ ਵਰਜ਼ਨ ਦੇ ਵਿੱਚ ਕਾਰ ਹੈ ਔਰ ਸਿਰਫ 8600 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਹੈ ਜੀ ਡੀਜ਼ਲ ਵਰਜ਼ਨ ਵਰਜ਼ਨ ਦੇ ਵਿੱਚ 8600 ਕਿਲੋਮੀਟਰ ਚੱਲੀ ਟੌਮ ਮਾਡਲ ਪੁਸ਼ ਬਟਨ ਸਟਾਰਟ ਦੇ ਸਕਦੇ ਹੋ ਮੀਟਰ ਰੀਡਿੰਗ ਔਰ ਸਾਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਆ ਜੀ ਔਰ ਸਨਰੂਫ ਵਾਲਾ ਵੇਰੀਐਂਟ ਆ ਜੀ ਮੈਨੂਅਲ ਦੇ ਵਿੱਚ ਕਾਰ ਔਰ ਬਹੁਤ ਹੀ ਸੋਹਣੀ ਕਾਰ ਦੀ ਅੰਦਰੋਂ ਲੁਕਿਆ ਬਾਕੀ ਕੋਈ ਗੱਡੀ ਸਾਡੀ ਮੀਟਰ ਬੈਗ ਨਹੀਂ ਹੁੰਦੀ ਕੋਈ ਮੇਜਰ ਐਕਸੀਡੈਂਟ ਨਹੀਂ ਅਗਰ ਮੀਟਰ ਬੈਗ ਕਾਰ ਨਿਕਲ ਪਏ ਨਿਕਲ ਆਵੇ ਜਾਂ ਮੇਜਰ ਐਕਸੀਡੈਂਟ ਕਾਰ ਨਿਕਲ ਆਵੇ ਤੇ ਕਾਰ ਭੰਡਾਰੀ ਕਾਰ ਵੇਰ ਵਾਪਸ ਲਊਗਾ ਤੁਹਾਡੇ ਕੋਲ ਜੀ ਔਰ ਨੰਬਰ PB08FK0191 ਲੱਗਾ ਜੀ ਨੰਬਰ ਔਰ ਨਾਲ ਇਹਦੇ ਏਜੰਸੀ ਵੱਲੋਂ ਫਿਟਡ ਲਾਇਆ ਜਾਂਦੇ ਜੀ ਕੰਪਨੀ ਵੱਲੋਂ ਸੋ ਜੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਦੇ ਸਕਦੇ ਹਾਂ ਮੇਰੇ ਵੀਰ ਭਰਾ 13 ਲੱਖ 25 ਹਜ਼ਾਰ ਕਾਰ ਦੀ ਪ੍ਰਾਈਸ ਲਿਸਟ ਆ ਜੀ ਕਾਰ ਮੇਰੇ ਵੀਰਾਂ ਨੂੰ ਓਨਲੀ ਦੇ ਦੇਵਾਂਗੇ ਜੀ 13,10,000 ਰੁਪਏ ਦੇ ਵਿੱਚ ਡੀਜ਼ਲ ਵਰਜ਼ਨ ਔਰ ਫਰਸਟ ਓਨਰ ਦੀ ਕਾਰ ਹੈ ਜੀ। ਸੋ ਅੱਗੇ ਵੈਨਿਊ ਦਿਖਾਉਨੇ ਆ ਜੀ। ਸੋ ਅੱਗੇ ਵੈਨਿਊ ਆ ਗਈ ਜੀ 22 ਮਾਡਲ। ਸੋ ਇਹ ਵੀ ਪੈਟਰੋਲ ਵਰਜ਼ਨ ਦੇ ਵਿੱਚ ਆ ਗਈ ਹੈ ਜੀ ਟੌਪ ਮਾਡਲ ਆ ਗਿਆ ਬਹੁਤ ਹੀ ਪਿਆਰੀ ਕਾਰ ਦੀ ਲੁੱਕ ਆ ਔਰ ਸਿਰਫ 9900 ਕਿਲੋਮੀਟਰ ਚੱਲੀ ਹੋਈ ਹੈ ਜੀ ਏਜੰਸੀ ਰਿਕਾਰਡ ਨਾਲ। ਔਰ ਦੇਖ ਸਕਦੇ ਹੋ ਸੀਟ ਕਵਰ ਐਕਸਟਰਾ ਲੱਗੇ ਹੋਏ 70 ਮੈਟ ਵਿੱਚ ਲੱਗੇ ਹੋਏ ਆ ਜੀ। ਔਰ ਪੋਸ਼ੇ ਬਟਨ ਸਟਾਰ ਆ ਰਿਹਾ ਵੇਰੀਐਂਟ ਬਾਕੀ ਮੀਟਰ ਰੀਡਿੰਗ ਦੇ ਸਕਦੇ ਹੋ ਸਿਰਫ 9100 ਕਿਲੋਮੀਟਰ ਚੱਲੀ ਹੋਈ ਔਰ ਪੂਰੀ ਕਾਰ ਅੰਦਰੋਂ ਸਾਫ਼ ਨੀਟ ਐਂਡ ਕਲੀਨ ਕਾਰ ਆ ਜੀ ਔਰ ਸਨਰੂਫ ਵਾਲਾ ਵੇਰੀਐਂਟ ਆ ਜੀ ਔਰ ਮੈਨੂਅਲ ਦੇ ਵਿੱਚ ਕਾਰ ਔਰ ਨੀਟ ਐਂਡ ਕਲੀਨ ਕਾਰ ਬਿਲਕੁਲ ਸਾਫ਼ ਕੰਡੀਸ਼ਨ ਦੀ ਕਾਰ ਆ ਜੀ ਬੰਪਰ ਟੂ ਬੰਪਰ ਸਾਰੀ ਓਰੀਜਨਲ ਹੈ ਜੀ ਔਰ ਨੰਬਰ ਪੀਵੀ 11 ਡੀਸੀ 3333 ਨੰਬਰ ਦੇਖੋ ਕਾਰ ਨੂੰ ਕਿੰਨਾ ਪਿਆਰਾ ਲੱਗਾ 3333 ਲੱਗਾ ਜੀ ਕਾਰ ਨੂੰ ਨੰਬਰ ਬਾਕੀ ਜੇ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਜੀ ਪ੍ਰਾਈਸ ਦੇ ਸਕਦੇ ਹਾਂ 22 ਮ 10 ਲੱਖ 40 ਹਜ਼ਾਰ ਰਕਾਰ ਦੀ ਪ੍ਰਾਈਸ ਲਿਸਟ ਆ ਫਸਟ ਓਨਰ ਦੀ ਕਾਰ ਆ ਮੇਰੇ ਵੀਰਾਂ ਨੂੰ ਦੇ ਦਵਾਂਗੇ ਜੀ 10 ਲੱਖ 20 ਹਜ਼ਾਰ ਦੀ ਕਾਰ ਹੈ ਵੈਨਿਊ ਸੋ ਅਗਲੀ ਵੈਨਿਊ ਲੱਦਦੇ ਹਾਂ ਜੀ ਸੋ ਅੱਗੇ ਵੈਨਿਊ ਆ ਗਈ ਹੈ ਜੀ 22 ਮਾਡਲ ਸੋ ਇਹ ਵੀ ਪੈਟਰੋਲ ਵਰਜ਼ਨ ਦੇ ਵਿੱਚ ਆ ਗਿਆ ਟੌਪ ਮਾਡਲ ਔਰ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਹੈ ਔਰ ਫਸਟ ਓਨਰ ਦੀ ਕਾਰ ਹੈ ਔਰ ਦੇਖ ਸਕਦੇ ਹੋ ਸਨ ਰੂਫ ਵਾਲਾ ਵੇਰੀਐਂਟ ਹੈ ਔਰ ਸੀਟ ਕਵਰ ਬਹੁਤ ਹੀ ਪਿਆਰੇ ਲੱਗੇ ਹੋਏ ਆ ਜੀ ਚੈੱਕ ਕਰੋ ਮੇਰੇ ਵੀਰ ਬਰਾ ਸੀਟ ਕਵਰ ਬਹੁਤ ਘੈਂਟ ਲੱਗੇ ਹੋਏ 70 ਮੈਟ ਵਿੱਚ ਲੱਗੇ ਹੋਏ ਪੁਸ਼ ਬਟਨ ਸ ਔਰ ਸਿਰਫ 42000 ਕਿਲੋਮੀਟਰ ਚੱਲੀ ਹੋਈ ਹੈ ਜੀ ਏਜੰਸੀ ਰਿਕਾਰਡ ਨਾਲ ਕਾਰ ਜੱਲੀ ਹੋਈ ਔਰ ਪੂਰੀ ਕਾਰ ਅੰਦਰੋਂ ਕੰਡੀਸ਼ਨ ਦੇ ਸਕਦੇ ਹੋ ਨੀਟ ਐਂਡ ਕਲੀਨ ਕਾਰ ਆ ਬਿਲਕੁਲ ਸਾਫ ਕੰਡੀਸ਼ਨ ਦੀ ਖੜੀ ਹੈ ਜੀ ਆਪਣੇ ਕੋਲ ਬਾਕੀ ਬੈਕ ਤੋਂ ਦੇ ਸਕਦੇ ਹੋ ਸੀਟਾਂ ਦੀ ਕੰਡੀਸ਼ਨ ਔਰ ਪਹਿਲੇ ਨਾਂ ਦੀ ਕਾਰ ਆ ਜੀ ਔਰ ਨੰਬਰ ਲੱਗਾ ਜੀ ਕਪੂਰਥਲੇ ਦਾ ਪੀਬੀ09 ਏਐਮ 1406 ਲੱਗਾ ਜੀ ਕਾਰ ਨੂੰ ਨੰਬਰ ਔਰ ਜੇ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਰੇਟ ਦੀ ਗੱਲ ਕਰੀਏ ਦੇਖ ਸਕਦੇ ਹੋ 22 ਮਾਡਲ ਹੈ 9 ਲੱਖ 90 ਹਜ਼ਾਰ ਰਕਾਰ ਦੀ ਪ੍ਰਾਈਸ ਹੈ ਜੀ ਮੇਰੇ ਵੀਰਾਂ ਨੂੰ ਕਾਰ ਦੇ ਦੇਵਾਂਗੇ ਜੀ 9 ਲੱਖ 70 ਹਜ਼ਾਰ ਰੁਪਏ ਦੇ ਵਿੱਚ ਵੈਨਿਊ ਕਾਰ 9 ਲੱਖ 70 ਹਜ਼ਾਰ ਰੁਪਏ ਦੇ ਵਿੱਚ ਦੇ ਦੇਵਾਂਗੇ ਮੇਰੇ ਵੀਰਾਂ ਨੂੰ ਜੀ ਸੋ ਅੱਗੇ ਵੈਨਿਊ ਆ ਗਈ 21 ਮਾਡਲ ਪੈਟਰੋਲ ਵਰਜ਼ਨ ਦੇ ਵਿੱਚ 21 ਮਾਡਲ ਮੇਰੇ ਵੀਰਾਂ ਲਈ ਲੈ ਕੇ ਆ ਗਏ ਆ ਔਰ ਬਹੁਤ ਹੀ ਪਿਆਰੀ ਕਾਰ ਦੀ ਲੁੱਕ ਹੈ ਜੀ ਔਰ ਕਾਰ ਚੱਲੀ ਹੋਈ ਹੈ ਜੀ ਓਨਲੀ 33000 ਕਿਲੋਮੀਟਰ ਔਰ ਦੇਖ ਸਕਦੇ ਹੋ ਕ੍ਰੋਮ ਵਗੈਰਾ ਲੱਗੀ ਹੋਈ ਹੈ ਜੀ ਔਰ ਅੰਦਰੋਂ ਦੇਖ ਸਕਦੇ ਹੋ ਕੰਡੀਸ਼ਨ ਔਰ ਸੋ ਇਹ ਬੇਸ ਮਾਡਲ ਆ ਗਿਆ ਜੀ ਮੈਨੂਅਲ ਦੇ ਵਿੱਚ ਕਾਰ ਔਰ ਪੂਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਪਈ ਹੈ ਜੀ ਸਾਫ ਕੰਡੀਸ਼ਨ ਦੀ ਕਾਰ ਆ ਬਿਲਕੁਲ ਬੰਪਰ ਟੂ ਬੰਪਰ ਸਾਰੀ オリジナル ਹੈ ਜੀ ਔਰ ਨੰਬਰ PB02ED0579 ਲੱਗਾ ਜੀ ਕਾਰ ਨੂੰ ਨੰਬਰ ਸੋ ਇਹਦੀ ਜੇ ਪ੍ਰਾਈਸ ਦੀ ਆਪਾਂ ਗੱਲ ਕਰ ਲਈਏ ਜੀ ਪ੍ਰਾਈਸ ਦੇ ਸਕਦੇ 8 ਲੱਖ 20 ਹਜ਼ਾਰ ਕਾਰ ਦੀ ਪ੍ਰਾਈਸ ਆ ਜੀ ਕਾਰ ਮੇਰੇ ਵੀਰਾਂ ਨੂੰ ਓਨਲੀ ਦੇ ਦੇਵਾਂਗੇ ਜੀ 8 ਲੱਖ ਰੁਪਏ ਚ 8 ਲੱਖ ਰੁਪਏ ਚ ਵੈਨਿਊ ਕਾਰ ਦੇ ਦੇਵਾਂਗੇ ਮੇਰੇ ਵੀਰਾਂ ਨੂੰ ਜੀ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਸੋ ਅੱਗੇ ਆਪਣੇ ਕੋਲ ਇੱਕ ਦੋ ਪੀਸ ਹੋਰ ਖੜੇ ਆ ਵੈਨਿਊ ਦੇ ਉਹ ਵੀ ਤੁਹਾਨੂੰ ਦਿਖਾ ਦਵਾਂ ਗੱਡੀਆਂ ਵੈਸੇ ਆਪਣੇ ਕੋਲ ਹਰੇਕ ਤਰ੍ਹਾਂ ਦੀਆਂ ਤੁਹਾਨੂੰ ਮਿਲ ਜਾਣਗੀਆਂ ਜਿਹੜੀ ਵੀ ਤੁਸੀਂ ਕਾਰ ਲੈਣਾ ਚਾਹੁੰਦੇ ਹੋ ਜੀ ਔਰ ਅੱਗੇ ਜਿਹੜੇ ਮੇਰੇ ਵੀਰ ਭਰਾ ਕਹਿੰਦੇ ਸੀਗੇ ਵੀ ਆਟੋਮੈਟਿਕ ਦੇ ਵਿੱਚ ਵੈਨਿਊ ਦਿਖਾਓ ਲਓ ਜੀ ਆਟੋਮੈਟਿਕ ਦੇ ਵਿੱਚ ਵੈਨਿਊ ਲੈ ਕੇ ਆ ਗਏ ਔਰ ਕਲਰ ਦੇਖੋ ਕਿੰਨਾ ਪਿਆਰਾ ਪੀਵੀ 10 ਲੱਗਾ ਨੰਬਰ ਔਰ ਟਾਪ ਮਾਡਲ ਆ ਜੀ ਬਹੁਤ ਸੋਹਣੀ ਕੰਡੀਸ਼ਨ ਔਰ 19 ਮਾਡਲ ਆ ਜੀ ਇਹ ਦੇਖ ਸਕਦੇ ਹੋ ਸਨਰੂਫ ਵਾਲਾ ਵੇਰੀਐਂਟ ਆ ਪੁਸ਼ ਬਟਨ ਸਟਾਰਟ ਆ ਜੀ ਔਰ 50000 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਕਾਰ ਐ ਔਰ ਦੇਖ ਸਕਦੇ ਹੋ ਵੀ ਸਨਰੂਫ ਆ ਜਾਂਦਾ ਨੀਟ ਐਂਡ ਕਲੀਨ ਕਾਰ ਔਰ ਆਟੋਮੈਟਿਕ ਵਰਜ਼ਨ ਦੇ ਵਿੱਚ ਕਾਰ ਆ ਜੀ ਔਰ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਆ ਜੀ ਔਰ ਜੇ ਪ੍ਰਾਈਸ ਦੀ ਗੱਲ ਕਰੀ ਜੀ ਪ੍ਰਾਈਸ ਦੇ ਸਕਦੇ 9 ਲੱਖ ਕਾਰ ਦਾ ਪ੍ਰਾਈਸ ਹੈ 19 ਮਾਡਲ ਹੈ ਪੈਟਰੋਲ ਦੇ ਵਿੱਚ ਕਾਰ ਮੇਰੇ ਵੀਰਾਂ ਨੂੰ 8 ਲੱਖ 90000 ਰੁਪਏ ਦੀ ਦੇ ਦਵਾਂਗੇ ਜੀ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਉਹ ਨੰਬਰ ਨੋਟ ਕਰ ਲਓ ਪੂਰਾ ਜੀ PV10HC8883 ਲੱਗਾ ਜੀ ਨੰਬਰ ਸੋ ਅੱਗੇ ਆਪਣੇ ਕੋ ਆਈ20 ਦਾ ਸਟਾਕ ਵੀ ਖੜਾ ਦੇਖ ਸਕਦੇ ਹੋ i20 ਵੀ ਤੁਹਾਨੂੰ ਦਿਖਾ ਰਿਹਾ ਹਾਂ ਇਸ ਬਲੌਗ ਦੇ ਵਿੱਚ ਜੁੜੇ ਰਹੋ ਇੱਦੀ ਨਾਲ ਪੂਰੀ ਵੀਡੀਓ ਦੇਖਿਓ ਬਲੌਗ ਨੂੰ ਸਕਿੱਪ ਨਾ ਕਰਿਓ i20 ਆ ਗਈ ਹੈ ਜੀ b ਮਾਡਲ ਔਰ ਚੈੱਕ ਕਰੋ ਕਾਰ ਦਾ ਕਲਰ ਬਹੁਤ ਪਿਆਰਾ ਹੈ ਜੀ pv 65 ਮਹਾਰੀ ਦਾ ਲੱਗਾ ਨੰਬਰ b ਮਾਡਲ ਆ i20 ਸਪੋਰਟਸ ਔਰ ਸਿਰਫ 43000 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਉਹ ਦੇਖ ਸਕਦੇ ਹੋ ਸੀਟ ਕਵਰ ਵਗੈਰਾ ਲੱਗੇ ਹੋਏ ਮੈਨੂਅਲ ਦੇ ਵਿੱਚ ਕਾਰ 43000 ਕਿਲੋਮੀਟਰ ਚੱਲੀ ਹੋਈ ਹੈ ਜੀ ਔਰ ਫਸਟ ਓਨਰ ਦੀ ਕਾਰ ਔਰ ਕਾਰ ਬਿਲਕੁਲ ਨਵੀਂ ਸਾਫ਼ ਕਾਰ ਪਈ ਹੈ ਜੀ ਅੰਦਰ ਔਰ ਜੇ ਰੇਟ ਦੀ ਗੱਲ ਕਰੀਏ ਰੇਟ ਦੇ ਸਕਦੇ ਹਾਂ 7 ਲੱਖ ਪੈਟਰੋਲ ਵਰਜ਼ਨ ਦੇ ਵਿੱਚ ਕਾਰ 20 ਮਾਡਲ ਸਪੋਰਟਸ ਵੇਰੀਐਂਟ 6 ਲੱਖ 80000 ਰੁਪਏ ਦੇ ਵਿੱਚ ਮੇਰੇ ਵੀਰਾਂ ਨੂੰ ਇਹ ਕਾਰ ਦੇ ਦੇਵਾਂਗੇ i20 ਫਸਟ ਓਨਰ ਦੀ ਸੋ ਅੱਗੇ ਮੇਰੇ ਵੀਰ ਜਿਹੜੇ ਕਹਿੰਦੇ ਸੀ ਵੀ i20 ਆਟੋ ਚ ਲੈ ਕੇ ਆਓ ਪੁਰਾਣੀ ਸ਼ੇਪ ਲਓ ਜੀ ਆਟੋਮੈਟਿਕ ਦੇ ਵਿੱਚ ਪੁਰਾਣੀ ਸ਼ੇਪ ਦੇ ਵਿੱਚ i20 ਆ ਗਈ ਹੈ ਜੀ ਸੋ ਮਾਡਲ ਆ ਗਿਆ 19 ਸਪੋਰਟਸ ਵੇਰੀਐਂਟ ਆ ਆਟੋਮੈਟਿਕ ਦੇ ਵਿੱਚ ਔਰ ਸਿਰਫ 18000 ਕਿਲੋਮੀਟਰ ਕੰਪਨੀ ਰਿਕਾਰਡ ਹੁਣ ਚੱਲੀ ਹੋਈ ਕਾਰ ਆ ਜੀ ਮੀਟਰ ਰੀਡਿੰਗ ਚੈੱਕ ਕਰੋ ਮੇਰੇ ਵੀਰ ਭਰਾ ਔਰ ਸਾਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਰਹੀ ਹੈ ਔਰ ਆਟੋਮੈਟਿਕ ਵਰਜ਼ਨ ਦੇ ਵਿੱਚ ਬਿਲਕੁਲ ਸਾਫ਼ ਕੰਡੀਸ਼ਨ ਦੀ ਕਾਰ ਆ ਜੀ ਔਰ ਚੈੱਕ ਕਰੋ ਕਾਰ ਦੀ ਲੁੱਕ ਔਰ ਸਾਰੀ ਕਾਰ ਬੰਪਰ ਟੂ ਬੰਪਰ ਓਰੀਜਨਲ ਹੈ ਜੀ ਔਰ ਨੰਬਰ ਲੱਗਾ ਜੀ ਕਾਰ ਨੂੰ ਨੰਬਰ نوٹ ਕਰੋ ਜੀ ਪੀਬੀ02 ਅਮਰਸਰ ਦਾ ਲੱਗਾ ਜੀ ਕਾਰ ਨੂੰ ਨੰਬਰ ਔਰ ਰੇਟ ਲਿਸਟ ਦੇ ਸਕਦੇ ਹਾਂ ਜੀ 7 ਲੱਖ 70 ਹਜ਼ਾਰ ਕਾਰ ਦੀ ਪ੍ਰਾਈਸ ਲਿਸਟ ਆ ਕਾਰ ਮੇਰੇ ਵੀਰਾਂ ਨੂੰ ਓਨਲੀ ਦੇ ਦਵਾਂਗੇ ਜੀ 7.5 ਲੱਖ ਰੁਪਏ ਚ 7.5 ਲੱਖ ਰੁਪਏ ਚ ਫਸਟਰ ਨਦੀ ਕਾਰ ਆਟੋਮੈਟਿਕ 19 ਮਾਡਲ ਸਪੋਰਟਸ ਵੇਰੀਐਂਟ ਦੇ ਦਵਾਂਗੇ ਜੀ। ਲਓ ਜੀ ਅੱਗੇ ਮੇਰੇ ਵੀਰ ਭਰਾ ਜਿਹੜੇ ਟਾਪ ਮਾਡਲ ਮੰਗਦੇ ਸੀ i20 ਦਾ ਆਸਤਾ ਆਪਸ਼ਨਲ ਵੀ ਆ ਗਈ ਹੈ ਜੀ ਆਪਣੇ ਕੋਲ 03 ਲੱਗਾ ਨੰਬਰ ਕਾਰ ਨੂੰ ਔਰ ਕਲਰ ਬਹੁਤ ਪਿਆਰਾ ਨਾਲ ਲਾਈਟਰ ਲੱਗੇ ਏਜੰਸੀ ਵੱਲੋਂ ਜੀ 20 ਮਾਡਲ ਆਸਤਾ ਆਪਸ਼ਨਲ ਵਾਲਾ ਵੇਰੀਐਂਟ ਔਰ ਚੈੱਕ ਕਰੋ ਬੜੀ ਪਿਆਰੀ ਕਾਰ ਦੀ ਲੁੱਕ ਹੈ ਜੀ ਅੰਦਰੋਂ ਮੈਨੂਅਲ ਦੇ ਵਿੱਚ ਕਾਰ ਔਰ ਸਿਰਫ 17000 ਕਿਲੋਮੀਟਰ ਚੱਲੀ ਹੋਈ ਜਨਸੀਰ ਕੋੜ ਨਾਲ ਜੀ ਔਰ ਪੂਰੀ ਕਾਰ ਅੰਦਰੋਂ ਨੀਟ ਐਂਡ ਕਲੀਨ ਕਾਰ ਪਈ ਹੈ ਜੀ ਸਾਫ ਕੰਡੀਸ਼ਨ ਦੀ ਕਾਰ ਹੈ ਬੰਪਰ ਤੋਂ ਬੰਪਰ ਸਾਰੀ origignal ਹੈ ਜੀ ਔਰ ਜੇ ਰੇਟ ਦੀ ਗੱਲ ਕਰੀਏ ਦੇਖ ਸਕਦੇ ਹੋ patrol version ਦੇ ਵਿੱਚ V model i20 as ਦਾ optional ਔਰ 8,35,000 ਕਾਰ ਦੀ ਪ੍ਰਾਈਸ ਲਿਸਟ ਹੈ ਜੀ ਕਾਰ ਮੇਰੇ ਵੀਰਾਂ ਨੂੰ ਦੇ ਦਵਾਂਗੇ ਜੀ 8,20,000 ਰੁਪਏ ਦੇ ਵਿੱਚ ਔਰ ਫਸਟ ਓਨਰ ਦੀ ਕਾਰ ਆ origignal ਕਾਰ ਆ ਸਾਰੀ ਜੀ ਲਓ ਜੀ ਅੱਗੇ ਮੇਰੇ ਵੀਰ ਜਿਹੜੇ ਨਵੀਂ ਸ਼ੇਪ ਦੀ ਮੰਗਦੇ ਸੀ i20 sports ਨਿਊ ਸ਼ੇਪ ਆ ਗਈ ਹੈ ਜੀ ਪੀਵੀ 65 ਲੱਗਾ ਕਰ ਨੂੰ ਨੰਬਰ ਔਰ ਕਲਰ ਵੀ ਬੜਾ ਪਿਆਰਾ ਆ ਜੀ 21 ਮਾਡਲ ਹੈ ਔਰ ਸਿਰਫ 26000 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਕਾਰ ਹੈ ਜੀ ਦੇਖ ਸਕਦੇ ਹੋ ਸੀਟ ਕਵਰ ਵਗੈਰਾ ਲੱਗੇ ਆਟੋਮੈਟਿਕ ਵਰਜ਼ਨ ਦੇ ਵਿੱਚ ਮੇਰੇ ਵੀਰ ਭਰਾ ਚੈੱਕ ਕਰੋ ਆਟੋਮੈਟਿਕ ਵਰਜ਼ਨ ਦੇ ਵਿੱਚ ਔਰ 70 ਮੈਟ ਲੱਗੇ ਔਰ 26000 ਏਜੰਸੀ ਰਿਕਾਰਡ ਨਾਲ ਚੱਲੀ ਹੋਈ ਪੂਰੀ ਕਾਰ ਅੰਦਰੋਂ ਸਾਫ਼ ਨੀਟ ਐਂਡ ਕਲੀਨ ਕਾਰ ਖੜੀ ਹੈ ਜੀ ਔਰ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਆ ਬਾਕੀ ਰੇਟ ਦੇਖ ਸਕਦੇ ਹੋ 7,60,000 ਪ੍ਰਾਈਸ ਆ ਜੀ ਮੇਰੇ ਵੀਰਾਂ ਨੂੰ ਕਾਰ ਦੇ ਦਵਾਂਗੇ ਜੀ 7,40,000 ਰੁਪਏ ਦੇ ਵਿੱਚ ਔਰ ਬਹੁਤ ਪਿਆਰਾ ਕਲਰ ਨੰਬਰ ਦੇ ਸਕਦੇ ਹਾਂ ਪੂਰਾ PV65WW 1823 ਲੱਗਾ ਜੀ ਕਾਨੂੰਨ ਨੰਬਰ ਸੋ ਫਰਸਟ ਓਨਰ ਦੀ ਕਾਰ ਹੈ ਜੀ ਸੋ ਅੱਗੇ ਚੱਲਦੇ ਜੀ ਅਗਲੀਆਂ i20 ਵਾਲੇ ਮੇਰੇ ਵੀਰਾਂ ਲੈ ਕੇ ਜੀ ਸੋ ਅੱਗੇ ਆ ਗਈ ਹੈ ਜੀ i20 23 ਮਾਡਲ 23 ਮਾਡਲ ਨਵੀਂ ਸ਼ੇਪ ਸਪੋਰਟਸ ਵੇਰੀਐਂਟ ਹੈ ਜੀ ਔਰ PV34 ਲੱਗਾ ਜੀ ਕਾਨੂੰਨ ਨੰਬਰ ਔਰ ਬਹੁਤ ਸੋਹਣੀ ਲੁੱਕ ਹੈ ਜੀ ਔਰ ਸਿਰਫ 17000 ਕਿਲੋਮੀਟਰ ਚੱਲੀ ਹੋਈ ਹੈ ਪੈਟਰੋਲ ਵਰਜ਼ਨ ਦੇ ਵਿੱਚ ਕਾਰ ਸੀਟ ਕਵਰ ਲੱਗੇ ਹੋਏ 70 ਮੈਟ ਲੱਗੇ ਹੋਏ ਔਰ ਮੀਟਰ ਰੀਡਿੰਗ ਦੇਖ ਸਕਦੇ ਹੋ ਸਿਰਫ 17000 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਔਰ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਹੈ ਜੀ ਬਿਲਕੁਲ ਸਾਫ ਕੰਡੀਸ਼ਨ ਦੀ ਕਾਰ ਬੰਪਰ ਤੋਂ ਬੰਪਰ オリジナル ਹੈ ਜੀ ਰੇਟ ਦੇਖ ਸਕਦੇ ਹੋ 23 ਮਾਡਲ i20 ਸਪੋਰਟ 17000 ਚੱਲੀ ਔਰ 7 ਲੱਖ 95 ਹਜ਼ਾਰ ਕਾਰ ਦੀ ਪ੍ਰਾਈਸ ਹੈ ਜੀ ਕਾਰ ਮੇਰੇ ਵੀਰਾਂ ਨੂੰ ਦੇ ਦਵਾਂਗੇ 7 ਲੱਖ 80000 ਰੁਪਏ ਦੇ ਵਿੱਚ ਨੰਬਰ PV34C 9921 ਲੱਗਾ ਜੀ ਕਾਨੂੰਨ ਨੰਬਰ ਔਰ ਫਰਸਟ ਆਉਂਦੀ ਦੀ ਕਾਰ ਹੈ ਸੋ ਅੱਗੇ ਫਿਰ ਨਵੀਂ ਸ਼ੇਪ ਦੀ ਆ ਗਈ ਹੈ ਜੀ i20 ਸਪੋਰਟਸ 23 ਮਾਡਲ ਔਰ ਚੈੱਕ ਕਰੋ ਕਾਰ ਦੀ ਲੁੱਕ ਨਾਲ ਐਕਸਟਰਾ ਲਾਈਟਾਂ ਲੱਗੇ ਹੋਏ ਹੈ ਜੀ ਬਹੁਤ ਸੋਹਣੇ ਪਲਾਟੀ ਦੇ ਐਕਸਟਰਾ ਲਾਈਟਾਂ ਲੱਗੇ ਔਰ 37000 ਕਿਲੋਮੀਟਰ ਚੱਲੀ 23 ਮਾਡਲ ਹੈ ਸਪੋਰਟਸ ਵੇਰੀਅਨ ਵਿੱਚ ਪੈਟਰੋਲ ਕਨਵਰਸ਼ਨ ਵਿੱਚ ਕਾਰ ਹੈ ਔਰ ਸੀਟ ਕਵਰ ਨਾ ਲੱਗੇ ਹੋਏ ਹੈ ਜੀ ਐਕਸਟਰਾ ਚੈੱਕ ਕਰੋ ਬਹੁਤ ਹੀ ਪਿਆਰੇ ਸੀਟ ਕਵਰ ਲੱਗੇ ਹੋਏ ਔਰ ਮੈਨੂਅਲ ਦੇ ਵਿੱਚ ਕਾਰ ਮੀਟਰ ਰੀਡਿੰਗ ਨੋਟ ਕਰ ਸਕਦੇ ਹੋ 37000 ਕਿਲੋਮੀਟਰ ਚੱਲੀ ਹੋਈ ਔਰ ਬਹੁਤ ਹੀ ਸੋਹਣੀ ਕਾਰ ਦੀ ਕੰਡੀਸ਼ਨ ਹੈ ਬਿਲਕੁਲ ਸਾਫ਼ ਅਨਟਚ ਕਾਰ ਹੈ ਜੀ ਫਲੈਟਰ ਬਹੁਤ ਹੀ ਸੋਹਣੀ ਲੱਗੇ ਹੋਏ ਹੈ ਜੀ ਔਰ ਬੈਗ ਤੋਂ ਇੱਕ ਵਾਰੀ ਲੁੱਕ ਚੈੱਕ ਕਰੋ ਜੀ ਨੰਬਰ ਲੱਗਾ ਜੀ ਪੀ ਵੀ 8330 85 ਲੱਗਾ ਜੀ ਕਾਨੂੰਨ ਨੰਬਰ ਔਰ ਜੇ ਆਪਾਂ ਕਾਰ ਦੀ ਰੇਟ ਦੀ ਗੱਲ ਕਰੀਏ ਜੀ ਰੇਟ ਦੇ ਸਕਦੇ ਹੋ 8 ਲੱਖ 25000 ਕਾਰ ਦੀ ਪ੍ਰਾਈਸ ਲਿਸਟ ਹੈ ਜੀ ਕਾਰ ਮੇਰੇ ਵੀਰਾਂ ਨੂੰ ਦੇ ਦਵਾਂਗੇ ਜੀ 8 ਲੱਖ 10000 ਰੁਪਏ ਦੇ ਵਿੱਚ ਔਰ ਪਹਿਲੇ ਨਾਂ ਦੀ ਫਰਸਟ ਆਨਰ ਦੀ ਕਾਰ ਹੈ ਜੀ ਅੱਗੇ ਚੱਲਦੇ ਆਂ ਜੀ। ਲੋ ਜੀ ਅੱਗੇ ਮੇਰੇ ਵੀਰ ਕਹਿੰਦੇ ਸੀ ਪ੍ਰਾਣੀ ਸ਼ੇਪ ਦੇ ਵਿੱਚ I20ਆਂ ਲੈ ਕੇ ਆਓ। ਪ੍ਰਾਣੀ ਸ਼ੇਪ ਦੇ ਵਿੱਚ ਨਿਗਾਹ ਮਾਰ ਸਕਦੇ ਹੋ ਆਪਣੇ ਕੋਲ। ਖੜੀਆਂ ਹੋਈਆਂ I20ਆਂ ਘੱਟੋ-ਘੱਟ 8-10 I20ਆਂ ਖੜੀਆਂ ਪ੍ਰਾਣੀ ਸ਼ੇਪ ਦੀਆਂ। ਸੋ ਇਹ ਵੀ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਆਂ ਜੀ। ਸੋ PV 31 ਵਾਲੀ ਆ ਗਈ ਹੈ ਜੀ। 18 ਮਾਡਲ ਪੈਟਰੋਲ ਦੇ ਵਿੱਚ। ਔਰ ਸਿਰਫ 22000 ਕਿਲੋਮੀਟਰ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਕਾਰ। ਔਰ ਦੇਖ ਸਕਦੇ ਹੋ ਮੈਨੂਅਲ ਦੇ ਵਿੱਚ ਕਾਰ ਔਰ ਪੂਰੀ ਕਾਰ ਅੰਦਰੋਂ ਸਾਫ਼ ਸੀਟ ਕਵਰ ਲੱਗੇ ਹੋਏ। 22000 ਕਿਲੋਮੀਟਰ ਚੱਲੀ ਹੋਈ ਔਰ ਬਹੁਤ ਹੀ ਸੋਹਣੀ ਕਾਰ ਦੀ ਕੰਡੀਸ਼ਨ ਔਰ ਫਰਸਟ ਓਨਰ ਦੀ ਕਾਰ ਹੈ ਜੀ ਔਰ ਰੇਟ ਦੇਖ ਸਕਦੇ ਹੋ 18 ਮਾਡਲ ਪੈਟਰੋਲ ਦੇ ਵਿੱਚ 28000 ਚੱਲੀ ਔਰ i20 ਆਸ ਦਾ ਟਾਪ ਮਾਡਲ ਹੈ ਔਰ 6,85,000 ਕਾਰ ਦੀ ਪ੍ਰਾਈਸ ਲਿਸਟ ਆ ਜੀ ਕਾਰ ਮੇਰੇ ਵੀਰਾਂ ਦੇ ਦੇ ਦਵਾਂਗੇ ਜੀ 6,70,000 ਰੁਪਏ ਦੇ ਵਿੱਚ ਫਰਸਟ ਓਨਰ ਦੀ ਕਾਰ ਸੋ ਅੱਗੇ i20 ਆ ਗਈ ਜੀ ਮੈਗਨਾ ਪੈਟਰੋਲ ਵਰਜ਼ਨ ਦੇ ਵਿੱਚ ਮੈਗਨਾ ਲੈ ਕੇ ਆ ਗਏ ਪੀਵੀ 23 ਲੱਗਾ ਕਰਨ ਨੂੰ ਨੰਬਰ ਔਰ ਬਹੁਤ ਹੀ ਸੋਹਣੀ ਕਾਰ ਦੀ ਲੁੱਕ 19 ਮਾਡਲ ਹੈ ਸਿਰਫ 22000 ਕਿਲੋਮੀਟਰ ਜੈਂਸੀ ਰਿਕਾਰਡ ਨਾਲ ਚੱਲੀ ਹੋਈ ਕਾਰ ਸੀਟ ਕਵਰ ਵਗੈਰਾ ਲੱਗੇ ਹੋਏ ਆ ਜੀ ਮੀਟਰ ਰੀਡਿੰਗ ਨੋਟ ਕਰੋ ਮੇਰੇ ਵੀਰ ਭਰਾ ਔਰ ਔਨ ਰਿਕਾਰਡ ਕਰਾਂ ਹੁੰਦੀਆਂ ਜੀ ਆਪਣੇ ਕੋ ਚੱਲੀਆਂ ਮੈਨੂਅਲ ਦੇ ਵਿੱਚ ਕਾਰ ਆ ਦੇ ਸਕਦੇ ਹਾਂ ਪੂਰੀ ਕਾਰ ਬਿਲਕੁਲ ਸਾਫ਼ ਕੰਡੀਸ਼ਨ ਦੀ ਖੜੀ ਹੈ ਜੀ ਨੀਟ ਐਂਡ ਕਲੀਨ ਕਾਰ ਰੇਟ ਦੇ ਸਕਦੇ ਹਾਂ 6,50,000 ਕਾਰ ਦੀ ਪ੍ਰਾਈਸ ਲਿਸਟ ਆ ਜੀ ਕਾਰ ਮੇਰੇ ਵੀਰਾਂ ਨੂੰ ਦੇ ਦਵਾਂਗੇ ਜੀ 6,40,000 ਦੇ ਵਿੱਚ ਔਰ ਨੰਬਰ PV222620 ਲੱਗਾ ਜੀ ਕਾਨੂੰ ਨੰਬਰ ਔਰ ਪਹਿਲੇ ਨਾਂ ਦੀ ਕਾਰ ਆ ਜੀ। ਸੋ ਅੱਗੇ i20 ਮੈਗਨਾ ਫੇ ਆ ਗਈ 19 ਮਾਡਲ। ਸੋ ਇਹ ਪੈਟਰੋਲ ਵਰਜ਼ਨ ਦੇ ਵਿੱਚ ਕਾਰ PV22 ਲੱਗਾ ਨੰਬਰ। ਔਰ ਇਹ 60000 ਕਿਲੋਮੀਟਰ ਚੱਲੀ ਹੋਈ ਹੈ ਜੀ। ਔਰ ਸਾਰੀ ਕਾਰ ਨੀਟ ਐਂਡ ਕਲੀਨ ਕਾਰ ਆ ਜੀ ਦੇਖ ਸਕਦੇ ਹੋ ਸੀਟ ਕਵਰ ਐਕਸਟਰਾ ਲੱਗੇ ਹੋਏ ਆ ਔਰ ਮੈਨੂਅਲ ਚ ਕਾਰ 60000 ਚੱਲੀ ਹੋਈ ਮੀਟਰ ਰੀਡਿੰਗ ਨੋਟ ਕਰੋ ਜੀ। ਜਿੰਨੀ ਚੱਲੀ ਹੋਈ ਆ ਤੁਹਾਨੂੰ ਜੈਨੂਨ ਦੱਸਦੇ ਵੀ ਇੰਨੀ ਚੱਲੀ ਹੋਈ ਹੈ ਕੋਈ ਮੀਟਰ ਬੈਗ ਨਹੀਂ। ਦੇਰ ਆਦੇ ਉਸ 6 ਲੱਖ 40 ਹਜ਼ਾਰ ਰਕਾਰ ਦੀ ਪ੍ਰਾਈਸ ਲਿਸਟ ਹੈ ਜੀ ਕਾਰ ਮੇਰੇ ਵੀਰ ਨੂੰ ਓਨਲੀ ਦੇ ਦਵਾਂਗੇ ਜੀ 6 ਲੱਖ 20 ਹਜ਼ਾਰ ਰੁਪਏ ਦੇ ਵਿੱਚ ਦੇ ਦਵਾਂਗੇ ਨੰਬਰ ਪੂਰਾ ਨੋਟ ਕਰ ਸਕਦੇ ਹੋ ਪੀ ਵੀ 22 7395 ਔਰ ਨੰਬਰ ਤੁਹਾਨੂੰ ਤਾਂ ਦਿਖਾ ਰਿਹਾ ਕਾਰ ਦਾ ਵੀ ਤੁਸੀਂ ਏਜੰਸੀ ਤੋਂ ਰਿਕਾਰਡ ਵੀ ਚੈੱਕ ਕਰਵਾ ਸਕਦੇ ਹੋ ਕਾਰ ਦਾ ਫਿਰ ਸਾਡੇ ਕੋਲ ਕਾਰ ਲਓ ਜੀ ਆਕੇ ਲਓ ਜੀ ਅੱਗੇ i20 ਆ ਗਈ ਆਸਤਾ ਆਪਸ਼ਨਲ ਟਾਪ ਮਾਡਲ ਆ ਗਿਆ ਜੀ ਪੀ ਵੀ 65 ਲੱਗਾ ਨੰਬਰ ਔਰ ਕਲਰ ਵੀ ਬੜਾ ਪਿਆਰਾ ਹੈ ਜੀ 18 ਮਾਡਲ ਪਰ ਕਾਰ ਚੱਲੀ ਹੋਈ ਦੇਖ ਸਕਦੇ ਹੋ ਜੀ ਮੀਟਰ ਰੀਡਿੰਗ 69000 ਚੱਲੀ ਹੋਈ ਆ ਜੀ ਕਾਰ ਔਰ ਸੀਟ ਕਵਰ ਐਕਸਟਰਾ ਲੱਗੇ ਹੋਏ ਬਹੁਤ ਹੀ ਪਿਆਰੇ ਸੀਟ ਕਵਰ ਲੱਗੇ ਹੋਏ ਆ ਜੀ ਔਰ ਮੈਨੂਅਲ ਦੇ ਵਿੱਚ ਕਾਰ ਔਰ ਪੂਰੀ ਕਾਰ ਨੀਡ ਐਂਡ ਕਲੀਨ ਕਾਰ ਔਰ 70 ਮੈਟ ਵੀ ਵਿੱਚ ਲੱਗੇ ਹੋਏ ਔਰ ਕੰਡੀਸ਼ਨ ਬਹੁਤ ਸੋਹਣੀ ਆ ਜੀ ਕਾਰ ਦੀ ਔਰ ਇਹ ਵੀ ਕਾਰ ਪਹਿਲੇ ਨਾਂ ਦੀ ਕਾਰ ਆ ਜੀ ਰੇਟ ਦੇ ਸਕਦੇ ਹੋ 6 ਲੱਖ 60000 ਕਾਰ ਦੀ ਪ੍ਰਾਈਸ ਲਿਸਟ ਪੈਟਰੋਲ ਦੇ ਵਿੱਚ ਕਾਰ ਮੇਰੇ ਵੀਰਾਂ ਨੂੰ ਦੇ ਦਵਾਂਗੇ 6 ਲੱਖ 40000 ਦੇ ਵਿੱਚ ਸੋ ਹੋਰ ਵੀ ਆਪਣੇ ਕੋਲ ਬਹੁਤ ਸਟਾਕ ਖੜਾ ਦੇਖ ਸਕਦੇ ਆ I20 ਦਾ ਮੇਰੇ ਵੀਰ ਪ੍ਰਾ ਮਾ ਨੇ ਆਈ ਹੋਪ ਕਰਦਾ ਕਿ ਵੀਡੀਓ ਵਧੀਆ ਲੱਗੀ ਹੋ ਲੱਗੀ ਹੋਗੀ ਜਿੱਥੇ ਤੱਕ ਵੀ ਤੁਸੀਂ ਦੇਖੀ ਹੈ ਜੀ ਸੋ ਇਦਾਂ ਹੀ ਤੁਹਾਡਾ ਵੀਰ ਇਸ ਚੈਨਲ ਤੇ ਨਵੀਆਂ-ਨਵੀਆਂ ਕਾਰਾਂ ਦਾ ਬਲੌਗ ਲੈ ਕੇ ਆਉਂਦਾ ਰਹੂਗਾ ਜੀ ਭੰਡਾਰੀ ਕਾਰਬਿਆਰ ਤੋਂ ਜੀ ਨੋਵਾ ਵੀ ਖੜੀਆਂ ਦੇ ਸਕਦੇ ਹੋ ਔਰ ਮੇਰੇ ਵੀਰ ਪ੍ਰਾ ਨਿਗਾ ਇੱਕ ਵਾਰੀ ਮਾਰ ਲਓ ਸਾਰੀਆਂ ਕਾਰਾਂ ਤੇ ਜੀ ਸਾਰੀਆਂ ਹੀ ਲੱਗੀਆਂ ਹੋਈਆਂ ਆਪਣੇ ਕੋ ਜਿਹੜੀਆਂ-ਜਿਹੜੀਆਂ ਤਾਨੂੰ ਚਾਹੀਦੀਆਂ ਹੋਣਗੀਆਂ ਤੁਹਾਡੇ ਸੁਪਨਿਆਂ ਦੀ ਕਾਰ ਹਰੇਕ ਤਰ੍ਹਾਂ ਦੀ ਆਪਣੇ ਕੋ ਖੜੀ ਹੈ ਸੋ ਇਦਾਂ ਆਪਣੇ ਪਰਾਂ ਨੂੰ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਸੋ ਚੰਗਾ ਜੀ ਮਿਲਾਂਗੇ ਅਗਲੀ ਵੀਡੀਓ ਨਾਲ ਵੀਡੀਓ ਨੂੰ ਜਾਂਦੇ ਹੋਏ ਕਰਦੇ ਹੋ ਲਾਈਕ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ